सिमर 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 नाम जीवा, तन मन होए निहाला, चरण कमल तेरे तोए तोए पीवा। मेरे सतगुर दीन दयाला, जैते ऊचा भगवंत सगल समगरी तुमरे सुतरता, तुम ते हाय सो आज्ञाकारी, तुमरी गत मित तुम ही जान, नानक दास सदा कुर, तुमरी गत मित तुम ही जानी, नानक दास सदा कुरबानी। बोलनाई सतनाम श्री वाहिगुरु 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 वाहिगुरु। तीने ताप निवारण हरा दुखंता सुविरास, ताय को बिघन नाय को लागे जंग की प्रभ आगे अरदास, दोए कर जोड़ करुण दास सुदभावै ता आणे रास। एक ओंकार श्री वाहिगुरु जी की फतेह। वासी भगव एक ही पातशाही दसवीं प्रथम गौती समर कै गुरु नानक लें दिहाए, फ्यंगत गुर ते अमरदास रामदास होए सहाय, अर्जन हर गोबिंद सिमराओ श्री हर आय, श्री हरि कृष्ण दिहाई है जो जठ है सब दुख जाए, तेग बहादुर सिमरिया कानून दयावे धाए सब ताई होए सहाय। दसवें पातशाह गुरु गोबिंद सिंह जी महाराज सरबंदानी अमृत दे दाते सब ताई होए सहाय, दसां पासियां जाकी जोत श्री गुरु ग्रंथ साहिब जी की पवित्र बाणी दे पाठ दर्शन दीदार दा ध्यान प्रकाशा साहेब। बोलो जी वाह। पंज प्यारियां चार साहबजादियां चाली मुक्त हशियां जपियां तपियां, जिन्हां गुरमुखां ने नाम जपिया वंड के छकिया, देख चलाई तेग वहाई देख के अंड कीता, तिन्हां गुरमुख प्यारियां सचियारियां दी पवित्र कमाई का ध्यान रखासा साहे। बोलो जी वाह। जिन्हां सिंघां सिणियां ने धर्म सिद्ध दिते, गुरद्वारियां की सेवा भी कुर्बानियां कीतियां, गुरद्वारा ननकाणा साहिब तम तन साहिब गुरु का बाग पंजा साहिब गुरद्वारा गंगसर विखे असे ते आकह कसार दियो शहीद, मासूम बच्चियां दे टुकड़े टुकड़े करा के गलां दे हार पवाए, उबलदियां देगां दे उबाले गए खोपरियां लोहियां, चड़खणियां दे चढ़े बन बन कटवाए आरियां तन चरह गए, सिदक ने हारिया सिखी केसा सुआसा संघ निभाई, तिना शहीद सिंघां सिणियां दी पवित्र कमाई का ध्यान रखासा साहेब। बोलो जी वाह। पंजा तख्तां सरबत गुरद्वारियां का ध्यान रखासा साहेब। बोलो जी वाह। प्रथम समूह खालसे जी की अरदास है, सरबत खालसा जी को वाहिगुरु 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 चित आवे चित आवन का सदका, सर्ब सुख हो जहाँ जहाँ खालसा साहेब जीओ तहाँ तहर शेर देख देख फते, बिन की पैज पंथ की जी श्री साहिब जी सहाय, खालसे के बोल वाले। बोलो जी वाह। सिखां दा मन नीवा मत उची मत का राखा हे अकाल पुरख, आप वाहिगुरु
ਸਿੱਖਾਂ ਨੂੰ ਸਿੱਖੀ ਦਾਨ, ਕੇਹ ਦਾਨ, ਰਹਿਤ ਦਾਨ, ਮਹਾਂਦਾਨ, ਵਿਵੇਕ ਦਾਨ, ਦਾਨਾ ਸੇਹ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਪਵਿੱਤਰ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ ਜੁਗਹੋ ਜੁਗਤਲ ਧਰਮ ਕਾ ਜੈਕਰ ਖਾਲਸਾ ਸਾਹਿਬ, ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟੀਆਂ ਦੀ ਓਟ ਸਤਿਗੁਰੂ, ਅੰਤਰਯਾਮੀ ਸੇ ਪਾਤਸ਼ਾਹ ਜੀ, ਅਕਾਲ ਬੰਤਰਯਾਮੀ ਸਤਿਗੁਰੂ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕੋਟਾਨ ਕੋਟ ਧੰਨਵਾਦ, ਸ਼ੁਕਰਾਨਾ ਹੈ ਧੰਨ ਧੰਨ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ, ਗੁਰੂ ਗੋਬਿੰਦ ਪਾਤਸ਼ਾਹ ਜੀਓ ਧੰਨ ਧੰਨ, ਮਾਤਾ ਗੁਜਰੀ ਜੀ ਧੰਨ ਧੰਨ, ਮਾਮਾ ਕਿਰਪਾਲ ਚੰਦ ਜੀ ਆਪਦੇ ਮਹਾਨ ਪਵਿੱਤਰ ਪਾਵਨ ਇਤਿਹਾਸਿਕ ਸਥਾਨ ਅਯਾਗੰਜ ਵਿਖੇ ਸੇ ਪਾਤਸ਼ਾਹ ਜੀਓ, ਹੋਲੇ ਮਹੱਲੇ ਦੇ ਪ੍ਰਭ ਦੀ ਖੁਸ਼ੀਆਂ ਦੇ ਅੰਦਰ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਤਲਾਲ ਦੇਵ, ਸੇ ਪਾਤਸ਼ਾਹ ਜੀਓ ਆਪਦੇ ਮਹਾਨ ਪਵਿੱਤਰ ਪਾਵਨ ਚੰਛੋ ਪਵਿੱਤਰ ਸਥਾਨ 'ਤੇ ਕਾ ਸ਼ਾਮਾਂ ਤੋਂ ਸੇ ਪਾਤਸ਼ਾਹ ਹੋਲੇ ਮਹੱਲੇ ਦੇ ਪ੍ਰਭ ਦੀ ਖੁਸ਼ੀਆਂ ਦੇ ਅੰਦਰ ਦੀਵਾਨ ਸੱਜਣ ਦੀਵਾਨ ਦੀ ਅਰਮਤਾ ਸਿਮਰਨ ਦੇ ਨਾਲ ਹੋਈ ਹੈ ਸੇ ਪਾਤਸ਼ਾਹ। ਅੰਮ੍ਰਿਤ ਵੇਲੇ ਤੋਂ ਇਸ ਵੇਲੇ ਸ਼ਾਮਾਂ ਤੱਕ ਦੀਵਾਨ ਸਜਿਆ ਹੈ, ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦੇ ਨਿਤਨੇਮ ਹੋਏ, ਸੁਖਮਿੰਸ ਦੇ ਪਾਠ ਆਸਾ ਪੂਰਨ ਕਰਨ ਵਾਲੀ ਆਸਾ ਦੀ ਆਵਾਜ਼ ਦਾ ਸੰਪੂਰਨ ਕੀਰਤਨ ਹੋਇਆ ਹੈ, ਇਤਿਹਾਸ ਅਤੇ ਸ਼ਬਦ ਦੀਆਂ ਵਿਚਾਰਾਂ ਹੋਈਆਂ, ਸ਼ਬਦ ਕੀਰਤਨ ਹੋਏ, ਛੇ ਪੌੜੀਆਂ ਅਨੰਦ ਸਾਹਿਬ ਦਾ ਕੀਰਤਨ ਹੋਇਆ ਸੀ ਪਾਤਸ਼ਾਹ ਜੀ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਧੰਨ ਗੁਰੂ ਗੋਬਿੰਦ ਪਾਤਸ਼ਾਹ ਜੀ ਆਪਦੇ ਮਹਾਨ ਪਵਿੱਤਰ ਪਾਵਨ ਇਤਿਹਾਸਿਕ ਸਥਾਨ ਅਯਾਗੰਜ ਵਿਖੇ ਸੰਗਤਾਂ ਨੇ ਦੂਰੋਂ ਦਰੇਡੀਆਂ ਚੱਲ ਕੇ ਸੇ ਪਾਤਸ਼ਾਹ ਹੋਲੇ ਮਹੱਲੇ ਦਾ ਪ੍ਰਭ ਮਨਾਇਆ ਹੈ। ਇਸ ਵੇਲੇ ਦੀਵਾਨ ਦੀ ਸਮੁਰਤਾ ਬਾਣੀ ਪੜ੍ਹੀ ਸੁਣਨ ਦਾ ਭਾਵ ਸਾ ਸੰਗਤ ਦੇ ਹਿਰਦਿਆਂ ਵਿਖੇ ਵਸਾਉਣਾ, ਦਰਿਆਈ ਸਾ ਸੰਗਤ ਨੂੰ ਆਪਣੇ ਦਰੋਂ ਕਰੋ, ਲਿਣ ਤੋਂ ਹੋਰ ਜੇ ਮੰਗਣਾ, ਸੇ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੈ, ਇਆਂ ਉਹਾਂ ਸੱਚ ਹੋਵੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਦੇ ਮਹਾਨ ਪਵਿੱਤਰ ਪਾਵਨ ਇਤਿਹਾਸਿਕ ਸਥਾਨ ਅਯਾਗੰਜ ਵਿਖੇ ਸੰਗਤਾਂ ਨੇ ਨੇੜੇ ਦੂਰੋਂ ਚੱਲ ਕੇ ਹੋਲੇ ਮਹੱਲੇ ਦਾ ਪ੍ਰਭ ਮਨਾਇਆ ਸੇ ਪਾਤਸ਼ਾਹ। ਜਿਨ੍ਹਾਂ ਪਿਆਰਿਆਂ ਸੰਗੀਆਂ ਨੇ ਆਦਿ ਦੀ ਕਿਰਤ ਕਮਾਈ ਨੂੰ ਸਵਲਾ ਕਰਦੇ ਹੋਏ ਕੜਾ ਵਿਸ਼ਾ ਦੇ ਲਈ ਮਾਇਆ ਅਰਦਾਸਾਂ, ਅਰਦਾਸੀ ਮਾਇਆ ਅਰਦਾਸਾਂ, ਗੁਰੂ ਦੇ ਲੰਘਣ ਲਈ ਮਾਇਆ ਅਰਦਾਸਾਂ ਕਰੀਆਂ, ਦਰਗਾਹ ਦੇ ਪ੍ਰੀਤਵਾਨ ਚੰਦ ਸੇਵਕ ਸਦਾ ਹਰਜੋਤ ਸਿੰਘ ਜੀ ਅਰਦਾਸ ਬੇਨਤੀ ਕਰਦੇ ਨੇ, ਗੁਰਮੁੱਖਾਂ ਨੂੰ ਦਿਨੋਂ ਤਰੱਕੀ ਦੀਰਘਾ ਚੀਨਤਾ ਬਖਸ਼ਣੀ, ਅੰਬਰਜੋਤ ਸਿੰਘ ਜੀ ਬੱਚੇ ਨੂੰ ਮੇਹਰ ਪ੍ਰਾਰਥਨਾ ਤੰਦਰੁਸਤੀ, ਦੇਰ ਉੱਤਾ ਦੀਰਘਾ ਚੀਨਤਾ ਚੜ੍ਹਦੀਆਂ ਕਲਾਖਣਾ ਭਾਵ ਰੱਖਿਆ ਕਰਨੀ, ਡਾਕਟਰ ਗੁਰਮੀਤ ਸਿੰਘ ਜੀ ਸਾਹਿਬ ਪਰਿਵਾਰ ਦੇ ਕਾਏ ਰਾਸ ਕਰਨੇ, ਗੁਰੂ ਪਰਿਵਾਰ ਨੂੰ ਸੇਵਾ ਸਿਮਰਨ ਨਾਲ ਜੋੜਨਾ, ਸਦਾ ਚੜ੍ਹਦੀਆਂ ਕਲਾਕਾਰ ਸਭ ਲਈ ਕਰਨੇ, ਜਸਵਿੰਦਰ ਸਿੰਘ ਜੀ ਪੁੱਤਰ ਦੀ ਦਾਤ ਨਾਲ ਚੋਲੀ ਹਰੀ ਭਰੀ ਕਰੋ, ਗੁਰਮੁੱਖਾਂ ਦੇ ਕਾਏ ਰਾਸ ਭੈਣ ਜੀ ਦਲੀਪ ਕੌਰ ਜੀ ਗੁਰਮੁੱਖਾਂ ਨੂੰ ਆਪਰੇਸ਼ਨ ਸਫਲਤਾ ਬਖਸ਼ਿਸ਼ ਕੀਤੀ ਹੈ, ਸ਼ੁਕਰਾਨਾ ਕਰੇ ਪਰਿਵਾਰ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਗੀਤਾ ਜੀ ਅਰਦਾਸ ਕਰਨੇ, ਪਰਵਿੰਦਰ ਸਿੰਘ ਜੀ, ਗੁਰਸ਼ਾਂਤ ਸਿੰਘ ਜੀ, ਰਾਜਵੀਰ ਸਿੰਘ ਅਰਦਾਸ ਕਰੇ, ਮਨਜੀਤ ਸਿੰਘ ਅਰਦਾਸ ਕਰੇ, ਸਰਬਜੀਤ ਸਿੰਘ ਜੀ ਗੁਰੂ ਦੇ ਲੰਗਰ ਲਈ ਰਸਦਾਂ ਹਾਜ਼ਰ ਕੀਤੀਆਂ, ਸਦਾ ਨਿਰਨੇ ਛਾਬਲਾ ਪਰਿਵਾਰੋਂ ਗੁਰੂ ਦੇ ਲੰਗਰ ਲਈ ਮਾਇਆ ਅਰਦਾਸਾਂ, ਸਤਨਾਮ ਸਿੰਘ ਜੀ ਗੁਰੂ ਦੇ ਲੰਗਰ ਲਈ ਮਾਇਆ ਅਰਦਾਸਾਂ ਹਾਜ਼ਰ ਕਰਨ ਕਿਰਪਾ ਕਰਨੀ, ਸਤਨਾਮ ਸਿੰਘ ਰਹਿਜਾ ਪਰਿਵਾਰ ਕਾਜ ਸਵਲੇ ਕਰਨੇ, ਅਹੋ ਜਿਹਾ ਪਰਿਵਾਰ ਸੰਨੀ ਜੀ ਪਰਿਵਾਰ ਦੀ ਮਨੋਕਾਮਨਾ ਪੂਰਨ, ਗੁਰਪ੍ਰੀਤ ਕੌਰ ਜੀ ਮਨੋਕਾਮਨਾ ਪੂਰਨ ਕਰਨੀਆਂ, ਕਾਏ ਰਾਸ ਕਰਨੇ, ਸੋਨੂੰ ਪਰਿਵਾਰ ਗੁਰੂ ਦੇ ਲੰਗਰ ਲਈ ਰਸਦਾਂ ਹਾਜ਼ਰ ਕੀਤੀਆਂ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਬਲਬੀਰ ਸਿੰਘ ਜੀ ਹਰਪ੍ਰੀਤ ਕੌਰ ਤੰਦਰੁਸਤੀ ਦੇਵਤਾ, ਚੜ੍ਹਦੀਆਂ ਕਲਾਂ ਚਾਵਲਾ ਜੀ ਪਰਿਵਾਰ ਦੀ ਮਨੋਕਾਮਨਾ ਪੂਰਨ, ਚਰਨਜੀਤ ਸਿੰਘ ਜੀ ਗੁਰਮੁੱਖਾਂ ਦੇ ਕਾਏ ਰਾਸ ਕਰਨੇ, ਭੈਣ ਜੀ ਚਰਨਜੀਤ ਕੌਰ ਦੀ ਦੇਵਤਾ ਬਖਸ਼ਿਸ਼ ਕਰਨੀ, ਮਨਜੀਤ ਸਿੰਘ ਜੀ, ਰਜਿੰਦਰ ਕਤਿਆਲ, ਸੰਜੇ ਕਤਿਆਲ ਪਾਠਕ ਪਰਿਵਾਰ ਦੀ ਮਨੋਕਾਮਨਾ ਪੂਰਨ, ਮਾਤਾ ਅਰੋੜਾ ਜੀ ਪਰਿਵਾਰ ਦੇ ਕਾਏ ਰਾਸ ਕਰਨੇ, ਹੋਰ ਜਿਨ੍ਹਾਂ ਮਾਤਾ ਭੈਣਾਂ ਵੀਰਾਂ ਦੱਸ ਸਕਣੀ ਨਾਮ ਆਪ ਜਾਣੀ ਜਾਣੋ, ਅਤੇ ਇਹਨਾਂ ਦੇ ਕਾਏ ਰਾਸ ਕਰੋ, ਸਾਧ ਸੰਗਤ ਦੀਆਂ ਮਨੋਕਾਮਨਾ ਪੂਰਨ ਕਮਾਈਆਂ ਵਰਤਾਂ, ਪਰਿਵਾਰ ਸੁੱਖ ਸ਼ਾਂਤੀ, ਸਾਧ ਸੰਗਤ ਦੇ ਇਤਿਹਾਸਿਕ ਸਥਾਨ ਦੀ ਯਾਤਰਾ ਸਫਲੀ ਕਰਨੀ, ਸਫਲ 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 ਪਈ ਯਾਤਰਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਪ੍ਰੇਮੀਆਂ ਸੱਜਣਾਂ ਨੇ ਨੇੜੇ ਤੋਂ ਚੱਲ ਕੇ ਤਪੋ ਸਥਾਨ ਦੀਆਂ ਹਾਜ਼ਰੀਆਂ ਭਰੀਆਂ, ਅਤੇ ਇਹਨਾਂ ਦੀਆਂ ਮੁਰਾਦਾਂ ਪੂਰੀਆਂ ਕਰੋ, ਕਮਾਈਆਂ ਵਰਤਾਂ ਪਰਿਵਾਰ ਸੁੱਖ ਸ਼ਾਂਤੀ, ਸ਼ਬਦ ਕੀਰਤਨ ਕਰਦਿਆਂ, ਗੁਰਮਤਿ ਵਿਚਾਰਾਂ ਕਰਦਿਆਂ, ਅਰਦਾਸ ਕਰਦੇ, ਨਿਤੇਮ ਕਰਦਿਆਂ, ਦਾਤੇ ਸੇਵਾ ਕਰਦਿਆਂ, ਪੁਲਿਸ ਸਟਾਕ ਵੱਲੋਂ ਸੇਵਾ ਨਿਭਾਉਂਦੇ, ਅਨੇਕਾਂ ਪ੍ਰਜਾਨੇ ਪੁੱਲਾਂ ਹੋਈਆਂ ਹੋਣਗੀਆਂ, ਪੁੱਲਾਂ ਚੁੱਕਾ ਨਿਖੇਮਾ ਬਖਸ਼ਿਸ਼ ਕਰੋ, ਅੱਗੇ ਤੋਂ ਸੇਵਾ ਸਿੰਘ ਦਾ ਬਲ ਬਖਸ਼ਿਸ਼ ਕਰੋ, ਕਿਰਪਾ ਕਰੋ ਗੁਰਨਿਵਾਜ, ਇਸ ਵੇਲੇ ਬਾਣੀ ਦੇ ਚਲਦੇ ਪ੍ਰਵਾਹ ਵਿੱਚ ਪਵਿੱਤਰ ਨਾਮ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਤ ਕਰੋ, ਸਾਧ ਸੰਗਤ ਨੂੰ ਹੁਕਮ ਕਿਰਪਾ ਕਰਨੀ, ਸਾਧ ਸੰਗਤ ਦੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ, ਕਦਮ ਕੰਧਾਂ 'ਤੇ ਲੇਖੇ ਲਾਉਣੇ, ਸੇਪਾ ਹੋ ਜਿੰਨਾ ਮਾਤਾ ਭੈਣਾਂ ਵੀਰਾਂ ਨੇ ਸੇ ਪਾਤਸ਼ਾਹ ਜੀਓ ਆਪਦੀ ਕਿਰਤ ਕਮਾਜ ਨੂੰ ਸਫਲਾ ਕਰੇ, ਗੁਰ ਦੇ ਲੰਗਰ ਲਈ ਰਸਤਾ ਹਾਜ਼ਰ ਕਿੰਨੀਆਂ, ਨਾਮ ਆਪ ਜਾਣੀ ਜਾਣੋ, ਅਤੇ ਇਹਨਾਂ ਦੇ ਕਾਰਜ ਰਾਸ ਕਰੋ, ਕਮਾਈਆਂ ਵਰਤਾਂ ਪਾਓ, ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸਰਬੱਤ ਮਾਈ ਭਾਈ ਸਾਧ ਸੰਗਤ ਵੱਲੋਂ
ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ ਸਾਧ ਸੰਗੀ ਵਰਤੇ ਜੋ ਛਕੇ, ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਸਤਨਾਮ ਸ੍ਰੀ ਸਾਧ ਸੰਗਤ ਦੀਆਂ ਮਨੋਕਾਮਨਾ ਪੂਰੀਆਂ ਕਰੋ, ਇਤਿਹਾਸਿਕ ਸਥਾਨ ਦੀਆਂ ਯਾਤਰਾ ਸਫਲੀਆਂ ਕਰੋ, ਆਪਣੇ ਦਰ ਦੀ ਸੇਵਾ ਲਓ, ਸਹੀ ਪਿਆਰੇ ਮੇਲ ਜਿਹਾ ਮਿਲੋ, ਤੇਰਾ ਨਾਮ ਜਦੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਅਮਹਿਜਲਾਯੋ ਪੰ ਸਾ ਸਿੰਘ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਖੈਂਡਾ ਜੰਗ ਕੇ ਹੱਥ ਮੈਂ ਕਲਗੀ ਸੋ ਹਮਾਰੀ ਸਿਆ ਕਰੇ ਕਲਗੀ ਠੀਕ ਰੀ ਸਿਰ ਪ੍ਰਭਪੁਰ ਕੀਆ ਤੇਗ ਬਹਾਦੁਰ ਸੇ ਕਰਿਆ ਕਰੀ ਨਕੀਨ ਤੇਗ ਬਹਾਦੁਰ ਕੇ ਚਲਾਤ ਪਾਇਓ ਜਨ ਹੈ 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 ਸਮ ਜਗ ਜੈ 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 ਤੇਗ ਬਹਾਦੁਰ ਕੇ ਚਲਾਤ ਪਾਇਓ ਜਨ ਹੈ 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 ਸਮ ਜਗ ਜੈ 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 ਸੁਲੋਕ ਬੋਲੇ ਸੋਨੇਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮਹਲਾ ਪੰਜਵਾਂ ਆਪਣੇ ਲੋਭ ਕਉ ਕਿੰਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਈ ਜਾਤ ਬਿਰਥਾ ਕੋਇ ਨਾ ਹੋਏ ਰਹਾਉ ਆਪਣੇ ਸਵਾਏ ਹਿਰਦੈ ਲੈ ਧਾਰਿਆ ਦੁੱਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗਿੱਧੀ ਬੋਲਤ ਰਾਮ ਪੂਰਨ ਹੋਏ ਸਗਲੇ ਕਾਮ ਅਨਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ। ਪਰਮ ਸਤਿਕਾਰਯੋਗ ਹੋਲਾ ਮਹੱਲਾ ਮਨਾ ਰਹੇ ਹਾਂ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ ਆਪ ਸਾਰਿਆਂ 'ਤੇ ਜਿਨ੍ਹਾਂ ਨੇ ਸਾਨੂੰ ਇਹ ਦਾਨ ਜੇ ਸਰੂਪ ਦਿੱਤਾ ਹੈ। ਭਾਈ ਸਾਹਿਬ ਇਹ ਜਿਹੜਾ ਸ਼ਬਦ ਜਿਹੜੀ ਨਜ਼ਮ ਹੈ ਇਹਨਾਂ ਦੇ ਪਿਤਾ ਜੀ ਪਾਸੋਂ ਸਭ ਤੋਂ ਪਹਿਲਾਂ 1977 ਵਿੱਚ ਸੁਣੀ ਸੀ ਜੋ ਅੱਜ ਤੱਕ ਬਰਕਰਾਰ ਹੈ। ਔਰ ਗੁਰੂ ਮਹਾਰਾਜ ਬਖਸ਼ਿਸ਼ ਕਰਨ ਇਹਨਾਂ 'ਤੇ, ਇਹਨਾਂ ਨੂੰ ਹੋਰ ਵੱਧ ਚੜ੍ਹ ਕੇ ਕੀਰਤਨ ਦੀ ਦਾਤ ਬਖਸ਼ਣ, ਇਸੇ ਤਰ੍ਹਾਂ ਗੁਰਘਰ ਦੀ ਸੇਵਾ ਕਰਦੇ ਹੋਏ ਆਪਣੇ ਜੀਵਨਾਂ ਨੂੰ ਸਫਲਾ ਕਰ ਸਕਣ, ਨਾਲ ਹੀ ਨਾਲ ਗੁਰਬਾਣੀ ਕੀਰਤਨ ਨਾਲ ਜੋੜਿਆ ਹੈ। ਆਪ ਜੀ ਦੇ ਚੰਨਾਂ ਵਿਖੇ ਬੇਨਤੀ ਹੈ ਕਿ 13 ਅਤੇ 14 ਤਾਰੀਖ ਨੂੰ ਖਾਲਸੇ ਦਾ ਜਨਮ ਦਿਹਾੜਾ ਅੰਮ੍ਰਿਤਸਰ ਦਾ ਸਤਿਕਾਰ ਨਾਲ ਇਸ ਪਵਿੱਤਰ ਸਥਾਨ 'ਤੇ ਮਨਾਇਆ ਜਾ ਰਿਹਾ ਹੈ। 13 ਤਾਰੀਖ ਰਾਤ ਦਾ ਦੀਵਾਨ ਹੋਵੇਗਾ, 14 ਤਾਰੀਖ ਸਵੇਰੇ ਔਰ ਰਾਤ ਦਾ ਦੀਵਾਨ ਹੋਵੇਗਾ, ਜਿਸ ਵਿੱਚ ਭਾਈ ਸਾਹਿਬ ਭਾਈ ਰਾਜ ਸਿੰਘ ਜੀ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ, ਭਾਈ ਸਾਹਿਬ ਭਾਈ ਨਾਨਕ ਸਿੰਘ ਪ੍ਰੀਤ ਦਿੱਲੀ ਪੁੱਜ ਰਹੇ ਹਨ ਔਰ ਜੋ ਗੁਰਬਾਣੀ ਰਾਹੀਂ ਆਪ ਜੀ ਨੂੰ ਨਿਹਾਲ ਕਰਨਗੇ। 14 ਤੱਕ ਸਵੇਰੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ। ਨਾਲ ਹੀ ਨਾਲ ਹਰ ਸਾਲ ਇਸ ਸਮਾਗਮ 'ਤੇ ਨਗਰ ਕੀਰਤਨ ਜੋ ਗੁਰਦੁਆਰਾ ਆਰੀਆ ਨਗਰ ਤੋਂ ਆਰੰਭ ਹੁੰਦਾ ਹੈ,
इस बार भी वो नगर कीर्तन 7 अप्रैल एतवार को सवेरे 6 बजे आर्या नगर गुरुद्वारे तो चल के आप देव चरणा बेनती है कि इसी तरह आप जी हर समागम बढ़ चढ़ के हाजिर भर के अपने जीवन सफला करने की कृपालता करनी। वाहेगुरु जी का खालसा वाहेगुरु जी की फतेह। वाहेगुरु 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 वाहेगुरु।